तो सारे जल्दी तो जल्दी अज्डा अपना टॉपिक है जी वार्ताकार बिहारी लाल पुरी अज इना अबाउट क्वेश्चन करने वाले हैं आप टाइमिंग नौ और नौ थर्टी, नौ थर्टी जी नाइन थर्टी भुपेंद्र कौर जी हाँ जी गुड इवनिंग, सात श्रीकाल वेलकम सब का बहुत बहुत स्वागत है जी नमस्कार सबनों ਅੱਜ ਦੀ ਆਪਣੀ ਕਲਾਸ ਦਾ ਟਾਪਿਕ ਹੈ ਜੀ ਬਿਹਾਰੀ لال ਪੁਰੀ ਜਲਦੀ ਤੋਂ ਜਲਦੀ 1 ਮਿੰਟ ਦੇ ਵਿੱਚ ਜੁਆਇਨ ਕਰੋ ਸ਼ੁਰੂ ਕਰਦੇ ਆ ਅੱਜ ਦਾ ਟਾਪਿਕ ਠੀਕ ਹੈ ਜੀ ਜੋ ਵੀ ਪਹੁੰਚ ਚੁੱਕੇ ਨੇ ਕਨਫਰਮੇਸ਼ਨ ਜਰੂਰ ਦੇ ਦਿਓ 8-9 ਜਣੇ ਲਾਈਵ ਸ਼ੋ ਹੋ ਰਹੇ ਨੇ ਜਲਦੀ ਹੀ ਬਾਕੀ ਵੀ ਪਹੁੰਚ ਜਾਣਗੇ ਜਲਦੀ ਤੋਂ ਜਲਦੀ ਜੁਆਇਨ ਕਰੋ ਜੀ ਹਾਂਜੀ ਰਵੀਨਾ ਜੀ ਵੈਲਕਮ ਆ ਚੁੱਕੇ ਆ ਜੀ ਅਨੁਰਾਦਾ ਜੀ ਵੈਲਕਮ ਜੀ ਚਲੋ ਜੀ ਜਿੰਨੇ ਹੈਗੇ ਉਹਨਿਆਂ ਦੇ ਨਾਲ ਸ਼ੁਰੂ ਕਰਦੇ ਆ ਬਾਕੀ ਜਲਦੀ ਹੀ ਪਹੁੰਚ ਜਾਣਗੇ ਔਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸੋਭਰਾਤ ਜੀ ਔਰਿੰਦਰ ਜੀ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਹੈਲੋ ਜੀ ਵੈਲਕਮ ਚਲੋ ਜੀ ਫਿਰ ਕਰਦੇ ਆ ਅੱਜ ਦੀ ਕਲਾਸ ਸ਼ੁਰੂ ਬਾਕੀ ਵੀ ਜਲਦੀ ਹੀ ਜੁਆਇਨ ਕਰ ਲੈਣਗੇ ਪਹਿਲਾ ਕੁਐਸਚਨ ਹੈ ਜੀ ਬਿਹਾਰੀ ਲਾਲ ਪੁਰੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਕਦੋਂ ਦੱਸ ਦੋ ਕਿੱਥੇ ਅਗਲੇ ਕੁਐਸਚਨ ਚ ਹੈ ਜੀ ਹਾਂਜੀ ਵਿਹਾਰੀ لالਪੁਰੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ 1824 1826 1828 1830 ਦੀਪ ਕਗਨਜੀ ਪ੍ਰਭਜੀ ਸਾਸ਼ਟ੍ਰੀ ਕਾਲਜੀ ਦੀਪ ਕਗਨਜੀ ਡੀ ਅਨਸਰ ਲਖਵਿੰਦਰਜੀ ਸਾਸ਼ਟ੍ਰੀ ਕਾਲਜੀ ਪੁਸ਼ਪਾਜੀ ਦਾ ਵੀ ਡੀ ਅਨਸਰ ਆ ਰਿਹਾ ਜੀ 1830 ਸੰਦਰਜੀ 1830 85 ਵਿੰਦਰ ਜੀ 1830 ਲਖਵਿੰਦਰ ਜੀ ਸੁੰਦਰਾਂ ਜੀ ਭਪਿੰਦਰ ਜੀ ਨੀਲੋ ਜੀ ਸਬਦਾਰ ਹੈ ਜੀ 1830 ਬਿਲਕੁਲ கரੈਕਟ ਆਨਸਰ ਜੀ ਵਧਦੇ ਆ ਜੀ ਕੁਐਸਚਨ ਨੰਬਰ 2 ਦੇ ਵੱਲ 1 ਮਿੰਟ ਜੀ ਇਹਨੂੰ ਟਿਕ ਕਰ ਦਈਏ ਅਸਲ 'ਚ ਇੱਥੇ ਮਾਰਕਰ ਨਹੀਂ ਹੈ 1 ਮਿੰਟ ਬਸ ਸ਼ੋਅ ਕਰਵਾਲਾ ਮੈਂ ਲਓ ਜੀ ਹੁਣ ਠੀਕ ਹੈ ਜੀ 1830 ਬਿਲਕੁਲ கரੈਕਟ ਆਨਸਰ ਹੈ ਜੀ ਕੀ ਗਲ ਹੋ ਗਈ ਜੀ ਵਿਰਿੰਦਰ ਜੀ ਸਰਟੀਫਿਕੇਟ ਧਰ ਵਾਲਾ ਆਈ ਥਿੰਕ ਨੇਮ ਗਲਤ ਸੀ ਹੋਦਤੇ एसएस एससीईआरटी ਉਹਦੇ ਤੋਂ ਕੁਝ ਹੋਰ ਲਿਖਿਆ ਸੀ ਉਹਦੀ ਗੱਲ ਕਰ ਰਹੇ ਹਾਂ ਜੇ ਕੁਝ ਹੋਰ ਹੈ ਜੀ ਬਹਿਰਾਮਪੁਰ ਵਿੱਚ ਜੀ ਚਿੱcke ਕੁਐਸਚਨ ਨੰਬਰ 2 ਦੇ ਵੱਲ ਵੱਧਦੇ ਹਾਂ ਜੀ ਕੁਐਸਚਨ ਨੰਬਰ 2 ਅੱਛਾ ਜੀ ਜ਼ਿਲੇ ਅਬਾਊਟ ਹੈ ਦੋ ਮੈਨ ਲੱਗ ਗਿਆ ਜਿਵੇਂ ਇਹ ਦੇ ਅਬਾਊਟ ਹੈ ਠੀਕ ਹੈ ਜੀ ਬਹਿਰਾਮਪੁਰ ਆਨਸਰ ਆਲਰੇਡੀ ਆ ਚੁੱਕਾ ਹੈ ਕੁਐਸਚਨ ਨੰਬਰ 2 ਬਿਹਾਰੀ ਲਾਲਪੁਰੀ ਕਿਸ ਜ਼ਿਲੇ ਦੇ ਨਾਲ ਸੰਬੰਧਿਤ ਸਨ ਹਾਂਜੀ ਹਾਂਜੀ ਹੋ ਸਕਦਾ ਉਸੇ ਰੀਜ਼ਨ ਕਰਕੇ ਦੁਬਾਰਾ ਸੋ ਐਸਈਆਰ ਐਸਐਸਈਆਰਟੀ ਦੀ ਜਗ੍ਹਾ ਐਸਸੀ ਇਹ ਕੁਝ ਹੋਰ ਵੀ ਲਿਖਿਆ ਗਿਆ ਨਾਲ ਮੇਬੀ ਹੋ ਸਕਦਾ ਦੁਬਾਰਾ ਬਟ ਕੋਈ ਗੱਲ ਨਹੀਂ ਵੈਲਿਡ ਹੈ ਇਹ ਵੀ ਜਿਹੜਾ ਵੀ ਤੁਹਾਡੇ ਕੋਲ ਹੈ ਹੁਣ ਦਾ ਇਹ ਆਪਸ਼ਨ ਹੈ ਜੀ ਲੁਧਿਆਣਾ ਬੀ ਆਪਸ਼ਨ ਜਲੰਧਰ ਸੀ ਆਪਸ਼ਨ ਗੁਰਦਾਸਪੁਰ ਤੇ ਡੀ ਆਪਸ਼ਨ ਅੰਮ੍ਰਿਤਸਰ ਕਰੋ ਜੀ ਸਹੀ ਆਪਸ਼ਨ ਚੋਸ ਵਰਿੰਦਰ ਜੀ ਰਜਨੀ ਜੀ ਰਮਨ ਜੀ ਪੁਸ਼ਪਾ ਜੀ ਦੀਪ ਜੀ ਤੇ ਸਤਵਿੰਦਰ ਜੀ ਸ਼ਬਦ ਸੀ ਆਪਸ਼ਨ ਹਾਂਜੀ ਪੀਐਸਟੈਟ ਦੀ ਪ੍ਰਭ ਜੀ ਲਖਮਿੰਦਰ ਜੀ ਸੀ ਆਪਸ਼ਨ ਗੁਰਦਾਸ ਪਰ ਚੋਸ ਕਰ ਰਹੇ ਨੇ ਠੀਕ ਹੈ ਜੀ ਸ਼ਬਦ ਗੁਰਦਾਸ ਪਰ ਆਨਸਰ ਜਿਹੜੇ ਵੀ ਚੋਸ ਕਰ ਰਹੇ ਨੇ ਸੀ ਆਪਸ਼ਨ ਕੁਐਸਚਨ ਨੰਬਰ 3 ਦੇ ਵੱਲ ਵੱਧ ਦਿਓ ਜੀ ਸਾਚੀ ਕਾਲ ਜੀ ਕਮਲ ਜੀ ਅੱਛਾ ਜੀ ਸਰਟੀਫਿਕੇਟ ਦੇ ਮਾਮਲੇ 'ਚ ਕੁਐਸਚਨ ਨੰਬਰ 3 ਬਿਹਾਰੀ لال ਪੁਰੀ ਨੂੰ ਪੰਜਾਬੀ ਤੋਂ ਇਲਾਵਾ ਹੋਰ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਸੀ ਏ ਆਪਸ਼ਨ ਅੰਗਰੇਜ਼ੀ ਬੀ ਆਪਸ਼ਨ ਸੰਸਕ੍ਰਿਤ ਸੀ ਆਪਸ਼ਨ ਹਿੰਦੀ ਅਮਨ ਜੀ ਗੁੜੀਮ ਜੀ ਵਧੀਆ ਜੀ ਸ਼ੈਲੀ ਜੀ ਤੁਸੀਂ ਸਾਨੂੰ ਕਿਦੋਂ ਡੀ ਆਪਸ਼ਨ ਆ ਰਹੀ ਜੀ ਭਵਿੰਦਰ ਜੀ ਦੀਪ ਜੀ ਸ਼ੈਲੀ ਜੀ ਅਨੁਰਾਧਾ ਜੀ ਸੰਤਰਾ ਜੀ ਅਮਨ ਜੀ ਕਮਲ ਜੀ ਨੀਲੂ ਜੀ ਮਨਪ੍ਰੀਤ ਜੀ ਮਨਦੀਪ ਜੀ ਸਭ ਦਾ ਠੀਕ ਹੈ ਜੀ ਡੀ ਆਪਸ਼ਨ ਮਨਦੀਪ ਜੀ ਸ਼ੋਜੀ ਦੀਪ ਜੀ ਰਵਿਨਾ ਜੀ ਠੀਕ ਹੈ ਜੀ ਡੀ ਆਪਸ਼ਨ ਸਤਲਾਵ ਹੋਰ ਵੀ ਠੀਕ ਹੈ ਜੀ ਉਰਦੂ ਤੇ ਫਾਰਸੀ ਵੀ ਇਹਦੇ ਵਿੱਚ ਕਾਊਂਟ ਕਰ ਲਓ ਕੁਐਸਚਨ ਨੰਬਰ 4 ਜੀ ਬਿਹਾਰੀ لال ਪੂਰੀ ਨੇ ਪੰਜਾਬੀ ਪ੍ਰਚਾਰਨੀ ਸਭਾ ਦੀ ਸਥਾਪਨਾ ਕਦੋਂ ਕੀਤੀ 1881 1882 1983 1984 ਕਰੋ ਜੀ ਸਹੀ ਆਪਸ਼ਨ ਚੂਜ਼ ਦੀ অপਸ਼ਨਸ ਆਪਦਾ ਠੀਕ ਹੈ ਜੀ ਸੰਤਰਾਜੀ ਵਰਿੰਦਰਜੀ ਪ੍ਰਤਿੰਦਰਜੀ ਸੰਦੀਪਜੀ ਮੰਦੀਰਜੀ ਤੇ ਠੀਕ ਹੈ ਜੀ ਸਭ ਦਾ ਹੈਲੋ ਜੀ ਕਿਰਨਜੀ ਵੈਲਕਮ ਜੀ ਅਮਨਜੀ 1882 ਚਾਰ ਦਾ ਬੀ ਆਨਸਰ ਆ ਰਿਹਾ ਜੀ ਭਪਿੰਦਰਜੀ ਕਿਰਨਜੀ ਵਰਿੰਦਰਜੀ ਹਰਿੰਦਰਜੀ ਅਨੁਰਾਦਾ ਜੀ ਚਾਰ ਦਾ ਬੀ ਆਨਸਰ ਮੋਸਟਲੀ ਸਭ ਦਾ ਆ ਰਿਹਾ 1882 ਬਿਲਕੁਲ கரੈਕਟ ਹੈ ਜੀ 1882 ਕੁਐਸਚਨ ਨੰਬਰ 5 ਦੇ ਬਲ ਵੱਧਦੇ ਜੀ 5 ਨੰਬਰ ਕੁਐਸਚਨ ਹੈ ਜੀ ਪੰਜਾਬੀ ਨੂੰ ਪੰਜਾਬ ਵਿੱਚ ਮਾਨਤਾ ਦੇਣ ਦੀ ਮੰਗ ਮਾਨਤਾ ਦੇਣ ਲਈ ਮੰਗ ਪੱਤਰ ਵਿਹਾਰੀ لال ਪੁਰੀ ਨੇ ਕਿਸ ਕਮਿਸ਼ਨ ਦੇ ਅੱਗੇ ਰੱਖਿਆ A ਆਪਸ਼ਨ ਸੰਸਦਭਾ B ਆਪਸ਼ਨ ਸਾਈਮਨ ਕਮਿਸ਼ਨ C ਆਪਸ਼ਨ ਅਕਾਲੀ ਲਰ ਤੇ D ਆਪਸ਼ਨ ਹੰਟਰ ਕਮਿਸ਼ਨ ਸਭ ਜੀ ਜੀ ਸਤਿ ਸ਼੍ਰੀ ਅਕਾਲ ਜੀ ਅਮਨ ਜੀ ਹੈਲੋ ਜੀ ਵੈਲਕਮ ਜੀ 3 ਪਲੱਸ ਪੁਸਤਕਾਂ ਠੀਕ ਹੈ ਜੀ ਬਰਿੰਦਰ ਜੀ ਸਭ ਜੀ ਜੀ ਸਤਿ ਸ਼੍ਰੀ ਅਕਾਲ ਜੀ ਫਾਈਨਲੀ ਡੀ ਨਹੀਂ ਜੀ ਬੀ ਆਫ ਅੱਛਾ ਜੀ ਫਾਈਨਲੀ ਫਾਈਨਲੀ ਅਨਸਰ ਡੀ ਆ ਰਿਹਾ ਜੀ ਨੰਬਰ ਕਿ ਪਸ਼ਪਾ ਜੀ ਭਵਿੰਦਰ ਜੀ ਕਮਲ ਜੀ ਮਨਪ੍ਰੀਤ ਜੀ ਹਰਿੰਦਰ ਜੀ ਅਮਨ ਜੀ ਦੇਵ ਜੀ ਸੁੰਦਰ ਜੀ ਸ਼ੈਲੀ ਜੀ ਸਭ ਦਾ ਠੀਕ ਹੈ ਜੀ ਹੰਟਰ ਕਮਿਸ਼ਨ ਹੰਟਰ ਕਮਿਸ਼ਨ ਅੱਗੇ ਮੰਗ ਰੱਖੀ ਕੁਐਸਚਨ ਨੰਬਰ 6 ਦੇ ਬਲਵਤ ਦੇ ਆ ਜੀ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੀਆਂ ਪ੍ਰੀਖਿਆਵਾਂ ਸ਼ੁਰੂ ਕਰਵਾਉਣ ਦਾ ਮਾਨ ਕਿਸ ਨੂੰ ਪ੍ਰਾਪਤ ਹੋਇਆ ਬਾਬਾ ਚੰਗਾ ਸਿੰਘ among ਵਿੱਚੋਂ हां जी शंगद सिंह ਇਹਨਾਂ ਦੇ ਪਿਤਾ ਜੀ ਦਾ ਨਾਮ ਵੀ ਦੱਸਿਆ ਜਾਂਦਾ ਜੀ ਕਈ ਵਾਰੀ ਇਸ ਤਰ੍ਹਾਂ ਵੀ ਲਿਖਿਆ ਮਿਲਦਾ ਜੀ ਛੇਦਲੀ ਅਨਸਰ ਆ ਰਿਹਾ ਜੀ ਸ਼ੈਲੀ ਜੀ ਸੰਦਰਾ ਜੀ ਦੀਪ ਜੀ ਰਮਨ ਜੀ ਮੰਤਰੀ ਜੀ ਈਸ਼ੂ ਜੀ ਅਨਰਾਧਾ ਜੀ ਗੁਰਪ੍ਰੀਤ ਜੀ ਨੀਲੂ ਜੀ ਸੁੰਦਰਾ ਜੀ ਵਿਨਦਰ ਜੀ ਸਭ ਦਾ ਡੀ ਆਪਸ਼ਨ ਵਿਹਾਰੀ لال ਪੁਰੀ ਬਿਲਕੁਲ ਕਰੈਕਟ ਹੈ ਜੀ ਡੀ ਆਪਸ਼ਨ ਕੁਸਚਨ ਨੰਬਰ 7 ਦੇ ਬਲਵੱਦ ਦੇ ਆ ਜੀ 7 ਨੰਬਰ ਹੈ ਜੀ ਆਪਣੇ ਕੋਲ ਵਿਦਿਆਰਥੀਆਂ ਲਈ ਤਿਆਰ ਕੀਤੀਆਂ ਪੁਸਤਕਾਂ ਲਈ ਕਿਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਜਿਹੜੀਆਂ ਬਿਹਾਰੀ لال ਪੁਰੀ ਜੀ ਵੱਲੋਂ ਤਿਆਰ ਕੀਤੀਆਂ ਵਿਦਿਆਰਥੀਆਂ ਲਈ ਪੁਸਤਕਾਂ ਸੀ ਉਹਨਾਂ ਦੇ ਵਿੱਚ ਕਿਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਸ਼ਬਦਾਂ ਦੀ ਸ਼ੁੱਧਤਾ ਬਾਲ ਮਨੋਵਿਗਿਆਨ ਚਿੱਤਰਾਂ ਦੀ ਵਰਤੋਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੱਤ ਦਾ ਅਨਸਰ ਗੁਰਪ੍ਰੀਤ ਜੀ ਬੀ ਆਪਸ਼ਨ ਕਰ ਰਹੇ ਨੇ ਆਮਨ ਜੀ ਦੀਪ ਜੀ ਹਰਿੰਦਰ ਜੀ ਬੀ ਆਪਸ਼ਨ ਸਰ ਡੇਲੀ ਕਲਾਸ ਲਗਾਇਆ ਕਰ ਕਮਲ ਜੀ ਡੇਲੀ ਕੋਸ਼ਿਸ਼ ਹੁੰਦੀ ਹੈ ਬਟ ਕਈ ਵਾਰੀ ਹੋ ਜਾਂਦੀ ਮਿਸ ਮਨਪ੍ਰੀਤ ਜੀ ਪ੍ਰਭ ਜੀ ਰਵੀਨਾ ਜੀ ਸੰਦਰਾ ਜੀ ਨੀਲੂ ਜੀ ਸਬਦ ਆ ਰਿਹਾ ਜੀ ਬੀ ਅਨਸਰ ਠੀਕ ਹੈ ਜੀ ਈਸ਼ੂ ਜੀ ਸਰਬ ਜੀ ਸੰਦਰਾ ਜੀ ਸਤਵੀਰ ਜੀ ਠੀਕ ਹੈ ਜੀ ਸਬਦ ਬਾਲ ਮਨੋਗਿਆਨ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਪੁਸ਼ਪਾ ਜੀ ਪਵਿੰਦਰ ਜੀ ਸ਼ੈਲੀ ਜੀ ਵਰਿੰਦਰ ਜੀ ਠੀਕ ਹੈ ਜੀ ਸਬਦ ਕੁਐਸਚਨ ਨੰਬਰ 8 ਭਾਰਤ ਦੀਆਂ ਮਹਾਨ ਇਸਤਰੀਆਂ ਦੇ ਚਰਿੱਤਰਾਂ ਬਾਰੇ ਜਾਣਕਾਰੀ ਪਿਆਰੀ ਲਾਲਪੁਰੀ ਦੀ ਕੈਸ ਪੁਸਤਕ ਦੇ ਵਿੱਚ ਰਤਨ रतनमाला विचार कुंडली चरित्रावली अनेक दर्शन करैक्ट ऑप्शन चूज़ करो जी अठ नंबर दैली जी शैली जी दीप जी सुंदर जी मनदीप जी सरबजी जी हरि हरिंद्र जी अमन जी वरिंद्र जी सबदारे जी सी आंसर रणवीर जी अनुराधा जी प्रभ जी नीलू जी सबदा ठीक है जी ठीक है जी सी आंसर जेडे भी चूज कर रहे हैं चरित्र क्वेश्चन नंबर नौ के वाल जी ਕਵੈਸਚਨ ਨੰਬਰ 9 ਹੈ ਜੀ ਬਿਹਾਰੀ لال ਪੁਰੀ ਦੀ ਚਰਿਤ੍ਰਾਵਲੀ ਪੁਸਤਕ ਵਿੱਚ ਕਿੰਨੀਆਂ ਭਾਰਤੀ ਔਰਤਾਂ ਦੇ ਜੀਵਨ ਚਰਿੱਤਰ ਪੇਸ਼ ਕੀਤੇ ਗਏ ਹਨ 6 7 8 9 கரੈਕਟ ਆਪਸ਼ਨ ਚੂਜ਼ ਕਰੋ ਜੀ ਬਿਲਕੁਲ ਈਜ਼ੀ ਕਵੈਸਚਨ ਹੈ ਆਈ ਥਿੰਕ ਰਟਿਆ ਪਿਆ ਹੋਣਾ ਇਹ ਤਾਂ ਸਭ ਨੂੰ ਬਿਹਾਰੀ لال ਪੁਰੀ ਦੀ ਚਰਿਤ੍ਰਾਵਲੀ ਪੁਸਤਕ ਵਿੱਚ ਕਿੰਨੀਆਂ ਭਾਰਤੀ ਔਰਤਾਂ ਦਾ ਚਰਿੱਤਰ ਪੇਸ਼ ਕੀਤਾ ਗਿਆ ਡੀ ਆਪਸ਼ਨ ਆ ਰਿਹਾ ਜੀ ਮਨਦੀਪ ਜੀ ਅਮਨਦੀਪ ਜੀ ਸੰਤਰਾ ਜੀ ਸਰਬਜੀਤ ਜੀ ਰਾਧਾ ਜੀ ਅਮਨਜੀਤ ਹਰਿੰਦਰ ਜੀ ਤੇ ਈਸ਼ੂ ਜੀ ਬਿਲਕੁਲ கரੈਕਟ ਹੈ ਜੀ ਰਵੀ ਜੀ ਰਣਵੀਰ ਜੀ ਰਵੀਨਾ ਜੀ ਸ਼ੈਲੀ ਜੀ ਮਨਪ੍ਰੀਤ ਠੀਕ ਹੈ ਜੀ ਸਭ ਦਾ ਨੋ ਕੁਐਸਚਨ ਨੰਬਰ 10 ਦੇ ਵਾਲਾ ਵੱਧਿਆ ਅਚਾ 9 ਦਾ 9 ਆਨਸਰ ਇਹ ਵੀ ਠੀਕ ਨਾ ਕੁਐਸਚਨ ਨੰਬਰ 10 ਚਰਿਤ੍ਰਾਵਲੀ ਪੁਸਤਕ ਦਾ ਮੁੱਖ ਉਦੇਸ਼ ਕੀ ਹੈ ਇਤਿਹਾਸ ਵਰਨਨ ਇਸਤਰੀਆਂ ਦਾ ਜੀਵਨ ਵਰਨਣ ਪ੍ਰੇਰਣਾ ਤੇ ਸਿੱਖਿਆ ਦੇਣਾ ਇਸਤਰੀ ਚਰਿਤ੍ਰ ਪੇਸ਼ ਕਰਨਾ கரੈਕਟ ਆਪਸ਼ਨ ਚੂਜ਼ ਕਰੋ ਜੀ ਕੁਐਸਚਨ ਨੰਬਰ 10 ਦੇ ਲਈ ਮਾਧਵਪੁਰ ਤੇ ਲੋਰਵਿਚ ਫਰੀ ਸਕੂਲ ਖੁੱਲੇ ਸੀ ਔਰਿੰਦਰ ਜੀ ਵੱਲੋਂ ਨੋਟ ਕਰੋ ਜੀ ਸਾਰੇ ਇਹ ਵੀ ਜ਼ਰੂਰੀ ਹੈ ਜੀ ਦੀਪ ਜੀ ਡੀ ਆਪਸ਼ਨ ਦੱਸਦਾ ਐ ਐਸ ਡੀ ਐਫ ਯਾਨੀ ਕਿ ਡੀ ਆਪਸ਼ਨ ਕਰ ਰਹੇ ਸੀ ਤੁਸੀਂ ਠੀਕ ਹੈ ਜੀ ਡੀ ਆਪਸ਼ਨ ਵੱਲ ਸਾਰੇ ਹੀ ਜਾ ਰਹੇ ਨੇ ਲਗਭਗ ਬਟ ਸੋਚੋ ਕਿ ਇਹ ਸਹੀ ਹੈ ਕੁਐਸਚਨ ਪੜੋ ਕੀ ਹੈ ਜੀ ਚਰਿੱਤਰਾਂ ਵਾਲੀ ਪੁਸਤਕ ਦਾ ਮੁੱਖ ਉਦੇਸ਼ ਪੁੱਛਿਆ ਗਿਆ ਜੀ ਇਸਤਰੀ ਚਰਿੱਤਰ ਪੇਸ਼ ਕਰਨਾ ਗਲਤ ਹੈ ਜੀ ਆਪਸ਼ਨ ਜਿਹੜੇ ਵੀ ਡੀ ਆਪਸ਼ਨ ਚੂਜ਼ ਕਰ ਰਹੇ ਨੇ ਜੀ ਸੀ ਆਪਸ਼ਨ ਯੋਗੀ ਸ਼ਰਮਾ ਮਨਦੀਪ ਜੀ ਪ੍ਰਭ ਜੀ ਸਭ ਦਾ ਠੀਕ ਹੈ ਜੀ ਪ੍ਰੇਰਣਾ ਤੇ ਸਿੱਖਿਆ ਦੇਣਾ ਜਿਹੜੇ ਸੀ ਆਪਸ਼ਨ ਕਰ ਰਹੇ ਨੇ ਮੁੱਖ ਉਦੇਸ਼ ਹੈ ਜੀ ਉਹ ਪ੍ਰੇਰਣਾ ਤੇ ਸਿੱਖਿਆ ਦੇਣਾ ਹੈ ਜੀ ਇਹ ਹੈ ਥੋੜਾ ਜਿਹਾ ਆਪਸ਼ਨ ਉਲਝਾਉ ਠੀਕ ਹੈ ਜੀ ਬਿਲਕੁਲ ਜੀ ਸੀ ਆਪਸ਼ਨ ਕਰੈਕਟ ਹੈ ਜੀ ਕੁਐਸਚਨ ਨੰਬਰ 11 ਕਿਸ ਪੁਸਤਕ ਦੇ ਹਰ ਨਿਵੰਦ ਦਾ ਆਰੰਭ ਮੰਗਲਾਚਰਨ ਦੇ ਨਾਲ ਹੋਇਆ ਮਨੋਰਵਤਾ ਪਿੰਗਲਮੰਜਰੀ ਚਿੱਤਰਨ ਵਾਲੀ ਵਿਦਿਆਰਤਨਾਕਰ 11 ਨੰਬਰ ਚੁਸ ਕਰੋ ਜੀ ਸਹੀ ਆਪਸ਼ਨ ਜਗਸੀਰ ਜੀ ਜਸਵੀਰ ਜੀ ਸਤਸ਼ੀਰਕਾਲ ਜੀ ਵਰਿੰਦਰ ਜੀ ਉਲਜੂਪਰੇਸ਼ਨ ਉਲਜਾਉ ਗੁਰਪ੍ਰੀਤ ਜੀ ਦਾ 11 ਦੇ ਲਈ ਡੀ ਆਨਸਰ ਆ ਰਿਹਾ ਵਿਦਿਆਰਤਨਾਕਰ ਬਾਕੀ ਵੀ ਕਰੋ ਜੀ ਆਨਸਰ ਸ਼ੈਲੀ ਜੀ ਮਨਦੀਪ ਜੀ ਡੀ ਆਨਸਰ ਕਰ ਰਹੇ ਨੇ ਹਰਿੰਦਰ ਜੀ ਈਸ਼ੂ ਜੀ ਡੀ ਆਪਸ਼ਨ ਦੀਪ ਜੀ ਸ਼ੈਲੀ ਜੀ ਵਰਿੰਦਰ ਜੀ ਡੀ ਆਪਸ਼ਨ ਅਨਸਰ ਕਰ ਰਹੇ ਨੇ ਭਪਿੰਦਰ ਜੀ ਦਾ ਬੀ ਆ ਰਿਹਾ ਪਿੰਗਲ ਮੰਜਰੀ ਡੀ ਆਪਸ਼ਨ ਅਮਨਜੀ ਅਨਰਾਦਾ ਜੀ ਸਰਬਜੀਤ ਸ਼ੈਲੀ ਜੀ ਠੀਕ ਹੈ ਜੀ ਵਿਦਿਆਰਤਨਾਕਰ ਰਵਿਨਾ ਜੀ ਠੀਕ ਹੈ ਬਿਲਕੁਲ ਜਿਹੜੇ ਵੀ 11 ਨੰਬਰ ਦੇ ਲਈ ਡੀ ਅਨਸਰ ਕਰ ਰਹੇ ਨੇ ਕੁਐਸਚਨ ਨੰਬਰ 12 ਦੇ ਵੱਲ ਵੱਧਦੇ ਆ ਜੀ 12 ਨੰਬਰ ਹੈ ਜੀ ਆਪਣੇ ਕੋਲ ਕਮਲ ਜੀ ਰਵਿਨਾ ਰਣਵੀਰ ਜੀ ਠੀਕ ਹੈ ਜੀ ਕੁਐਸਚਨ ਨੰਬਰ 12 ਵਿਦਿਆਰਤਨਾਕਰ ਦੇ ਹਰ ਨਿਬੰਧ ਦਾ ਅੰਤ ਡੈਸ਼ ਨਾਲ ਹੁੰਦਾ ਹੈ ਵਿਦਿਆਰਥੀ ਨੌਕਰ ਦੇ ਵਿੱਚ ਜਿਹੜੇ ਨਿਬੰਧ ਨੇ ਇਹਨਾਂ ਦੇ ਵਿੱਚ ਇਹਨਾਂ ਦਾ ਅੰਤ ਜਿਹੜਾ ਹੈ ਉਹ ਕਿਸ ਦੇ ਨਾਲ ਹੁੰਦਾ ਹੈ ਮੰਗਲਾਚਰਨ ਦੇ ਨਾਲ ਮਖਤਾ ਦੇ ਨਾਲ ਦੋਹੀ ਦੇ ਨਾਲ ਪ੍ਰਾਰਥਨਾ ਦੇ ਨਾਲ ਇੰਕਲ ਮੰਤਰੀ ਪਿੰਗਲ ਰਿਸ਼ੀ ਦੇਸ਼ੀ ਦੀਪ ਗਗਨਜੀ ਸੀ ਆਪਸ਼ਨ ਯੂਵੀ ਸ਼ਰਮਾ ਡੀ ਆਪਸ਼ਨ ਘਰਪ੍ਰੀਤ ਜੀ ਸੀ ਰਾਧਾ ਜੀ ਸੀ ਮੰ ਮਨੀਸ਼ਾ ਜੀ ਦਾ ਡੀ ਆ ਰਿਹਾ ਜੀ ਬਾਕੀ ਸਭ ਦਾ ਸੀ ਆਪਸ਼ਨ ਵਿਆਕਰਨ ਗੁਰਮੁਖੀ ਵਿਆਕਰਨ ਸੀ ਆਪਸ਼ਨ ਮੋਸਟਲੀ ਸੀ ਆਪਸ਼ਨ ਆ ਰਿਹਾ ਜੀ ਠੀਕ ਹੈ ਜੀ ਦੋਹੇ ਦੇ ਨਾਲ ਸੀ ਆਪਸ਼ਨ ਬਿਲਕੁਲ கரெਕਟ ਹੈ ਜੀ ਭੁਪਿੰਦਰ ਜੀ ਮਹਾਤਮ ਨਾਲ ਕਹਿ ਰਹੇ ਨੇ ਜੇਕਰ ਦੋਏ ਨੂੰ ਮਹਾਤਮ ਕਿਹਾ ਜਾਂਦਾ ਫਿਰ ਠੀਕ ਹੈ ਜੀ ਸੀ ਆਪਸ਼ਨ ਗ੍ਰेक्ट ਹੈ। ਕੁਐਸਚਨ ਨੰਬਰ 12 ਤੋਂ ਬਾਅਦ 13 ਦੇ ਵਾਲਾ ਵੱਧਿਆ ਜੀ ਵਿਦਿਆਰਤਨਾਕਰ ਦੇ ਨਿਬੰਧਾਂ ਦੇ ਅੰਤ ਵਿੱਚ ਦਿੱਤੇ ਦੋਹੇ ਵਿੱਚ ਕੀ ਦੱਸਿਆ ਗਿਆ ਹੈ? ਵਿਸ਼ਾ ਵਸਤੂ, ਸਿਰਲੇਖ, ਦੇ ਲੇਖ ਦੇ ਮੂਲ ਭਾਅ ਇਹਨਾਂ ਵਿੱਚੋਂ ਕੋਈ ਵੀ ਨਹੀਂ। ਵਿਦਿਆਰਤਨਾਕਰ ਵਿੱਚ ਨਿਬੰਧਾਂ ਦੇ ਅੰਤ ਵਿੱਚ ਜਿਹੜਾ ਦੋਹਾ ਦਿੱਤਾ ਗਿਆ ਉਹਦੇ ਵਿੱਚ ਕੀ ਦੱਸਿਆ ਗਿਆ ਜੀ? ਵਿਸ਼ਾ ਵਸਤੂ, ਸਿਰਲੇਖ, ਲੇਖ ਦੇ ਮੂਲ ਭਾਅ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸ਼ੈਲੀ ਜਨਰਾਦਾ ਜੀ। ਸੰਤਰਾਜੀ ਭਪਿੰਦਰ ਜੀ ਮਨੀਸ਼ਾ ਜੀ ਸਭ ਦਸੀ ਅਨਸਰ ਆ ਰਿਹਾ ਜੀ ਦੀਪ ਜੀ ਨੀਲੋ ਜੀ ੋਰਿੰਦਰ ਜੀ ਵਿਲੀਅਮ ਵੈਰੀ ਦੇਆ ਨੋਦਾਰ ਬਣਾ ਕੇ ਅੰਗਰੇਜ਼ੀ ਵਿਆਕਰਨ ਸ਼ੈਲੀ ਜੀ ਸੀ ਰਕੀਨਾ ਜੀ ਹਰਵਨ ਜੀ ਠੀਕ ਹੈ ਜੀ ਸਭ ਦਸੀ ਆਪਸ਼ਨ ਲੇਖ ਦੇ ਮੂਲ ਪਾਓ ਕੁਐਸਚਨ ਨੰਬਰ 14 ਦੇ ਵਾਲਾ ਅਧਿਆਇ ਚਰਨ ਜੀ ਠੀਕ ਹੈ ਜੀ ਸੰਤਰਾਜੀ ਸਰਬਜੀਤ ਤੇ ਅਮਨ ਜੀ ਕੁਐਸਚਨ ਨੰਬਰ 14 ਕਿਸ ਨੇ ਪੰਜਾਬੀ ਵਰਤਕ ਨੂੰ ਧਾਰਮਿਕ ਲਿਆਂ ਤੋਂ ਕੱਢ ਕੇ ਲੋਕਿਕ ਲਿਆਂ ਤੇ ਅਸਰਨ ਦਾ ਕੰਮ ਕੀਤਾ। ਭਲਵੰਤ ਗਾਰਗੀ ਬਿਹਾਰੀ لال ਪੂਰੀ ਸੰਤ ਸਿੰਘ ਸੇਖੋਂ ਕੁਲਵੰਤ ਸਿੰਘ ਵਿਰਕ। ਸ਼ੈਲੀ ਜੀ, ਮਨਪ੍ਰੀਤ ਜੀ ਬੀ ਆਨਸਰ ਕਰ ਰਹੇ ਨੇ 14 ਨੰਬਰ ਦੇ ਲਈ ਸੁੰਦਰਾ ਜੀ, ਰਣਵੀਰ ਜੀ ਬੀ ਸਰਜੀਤ ਜੀ, ਸਸੀ ਗਾਲ ਜੀ। ਮੋਸਟਲੀ ਆਨਸਰ ਬੀ ਸਬਦ ਆਰਿਆ ਜੀ ਕੁਐਸਚਨ ਨੰਬਰ 14 ਦੇ ਲਈ। ਗੁਰਿੰਦਰ ਜੀ, ਦੀਪ ਜੀ, ਰਵਿਨਾ ਜੀ, ਹਰਿੰਦਰ ਜੀ ਠੀਕ ਹੈ ਜੀ ਸਬਦ ਆ ਚਰਨਜੀ ਮੰਦਿਰ ਜੀ ਸविता ਜੀ ਸਬਦਾ ਠੀਕ ਹੈ ਵਿਹਾਰੀ لال ਪੁਰੀ ਕੁਸਚਨ ਨੰਬਰ 15 ਦੇ ਬਲਵੱਧਿਆ ਜੀ 15 ਨੰਬਰ ਹੈ ਜੀ ਪੰਜਾਬੀ ਵਿੱਚ ਸਿੱਖਿਆ ਦੇਣ ਲਈ ਵਿਹਾਰੀ لال ਪੁਰੀ ਨੇ ਕੀ ਕੀਤਾ ਧਰਮਸ਼ਾਲਾ ਬਣਵਾਈਆਂ ਸਕੂਲ ਖੋਲੇ ਕਾਲੇ ਖੋਲੇ ਪੰਜਾਬੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਸਹੀ ਆਪਸ਼ਨ ਚੂਜ਼ ਕਰੋ ਜੀ ਪੰਜਾਬੀ ਵਿੱਚ ਸਿੱਖਿਆ ਦੇਣ ਦੇ ਲਈ ਕੀ ਕੀਤਾ ਜੀ ਵਿਹਾਰੀ لال ਪੁਰੀ ਨੇ 15 ਦਾ ਵੀ ਆਨਸਰ ਉਨਰਾਹਦਾ ਜੀ ਰਮਨ ਜੀ ਸਰਪਜੀ ਜੀ ਨੀਲੋ ਜੀ ਦੀਪ ਜੀ ਭਵਿੰਦਰ ਜੀ ਗੁਰਪ੍ਰੀਤ ਜੀ ਰਣਵੀਰ ਜੀ ਵਰਿੰਦਰ ਜੀ ਸੰਦਰਾ ਜੀ A to Z ਲਗਭਗ like, ਸਬਦਾ B ਅਨਸਰ ਸਕੂਲ ਖੋਲੇ ਬਿਲਕੁਲ கரੈਕਟ ਹੈ ਜੀ ਹਾਂਜੀ ਫਰੀ ਸਕੂਲ ਖੋਲੇ ਕੁਐਸਚਨ ਨੰਬਰ 16 ਠੀਕ ਹੈ ਜੀ ਪੁਸ਼ਪਾ ਜੀ ਸ਼ੈਲੀ ਜੀ ਸਤਵੀਰ ਜੀ ਚਰਿਤ੍ਰਾਵਲੀ ਦਾ ਵਿਸ਼ਾ ਹੈ ਸਮਾਜ ਸੁਧਾਰ ਪਾਸ਼ਾ ਤੇ ਸਾਹਿਤ ਦਾਰਸ਼ਨਿਕ ਉਪਰੋਕਤ ਸਾਰੇ கரੈਕਟ ਆਪਸ਼ਨ ਚੁਸ ਕਰੋ ਜੀ ਕੁਐਸਚਨ ਨੰਬਰ 16 ਦੇ ਲਈ ਚਰਿਤ੍ਰਾਵਲੀ ਦਾ ਮੁੱਖ ਵਿਸ਼ਾ ਜੀ 50 লাইভ ਨੇ লাইਕ ਆਉਣ ਦੀ 17 ओके okay जी 16 ਨੰਬਰ ਚਿਤ੍ਰਾਂ ਵਾਲੀ ਦਾ ਵਿਸ਼ਾ ਰਣਵੀਰ ਜੀ ਸ਼ੈਲੀ ਜੀ ਡੀ অপਸ਼ਨ ਇੰਦਰਜੀਤ ਦੀਪ ਜੀ ਹਰਿੰਦਰ ਜੀ ਸੰਦਰਾਂ ਜੀ ਕਿਸ਼ਨ ਕੁਮਾਰ ਦੀ ਤਾਂ ਤੇਰੀਆਲੀ ਲਲਪੁਰੀ ਚੈਦਾ ਜੀ ਹੁਣ আচ্ছা ਜੀ ਬਿਲਕੁਲ ਜੀ ਸਿਚੁਏਸ਼ਨ ਕੁਝ ਹੋ ਜੀਆਂ ਨੇ ਠੀਕ ਹੈ ਜੀ ਡੀ অপਸ਼ਨ ਜਿਹੜੇ ਵੀ ਅਨਸਰ ਕਰ ਰਹੇ ਨੇ 16 ਨੰਬਰ ਤੇ ਲਈ ਮਨਪ੍ਰੀਤ ਜੀ ਹਰਿੰਦਰ ਜੀ ਮਨਦੀਪ ਜੀ ਠੀਕ ਹੈ ਇਹ ਸਭ ਦਾ ਕੁਐਸਚਨ ਨੰਬਰ 17 ਅੱਛਾ ਏਸਤਰੀ ਸਿੱਖਿਆ ਵੀ ਹੈ ਇਹਦੇ ਵਿੱਚ ਇੱਕ ਹੋਰ ਐਡ ਕਰ ਲੈਣਾ ਏਸਤਰੀ ਸਿੱਖਿਆ ਵਿਆਰੀ لال ਪੁਰੀ ਦਾ ਲੇਖ ਹੈ ਤੜਕੇ ਜਾਗਣ ਦੇ ਗੁਣ ਈਸ਼ਵਰ ਦੀ ਸ਼ਕਤੀ ਸਮਾਮੀ ਹਵਸ਼ੀਕਰਣ ਉਪਰੋਕਤ ਸਾਰੇ 17 ਦੇ ਲਈ ਸਹੀ ਆਪਸ਼ਨ ਚੂਜ਼ ਕਰੋ ਜੀ ਦੇਖੋ ਧਿਆਨ ਨਾਲ ਉਪਰਕਤ ਫਾਰੇਨੇ ਡੀ ਅਨਸਰ ਆ ਰਿਹਾ ਜੀ ਸਬਦਾ ਹੀ ਓਕੇ ਜੀ ਡੀ ਅਨਸਰ ਲਗਭਗ ਸਬਦਾ ਹੀ ਅਨਸਰ ਆ ਰਿਹਾ ਹੈ ਤੇ ਇਹ ਜਿਹੜਾ ਕੁਐਸਚਨ ਹੈ ਜੀ ਵਿਦ్యਰਤਨਾਕਰ ਦੇ ਵਿੱਚ ਇਹ ਸਾਰੇ ਹੀ ਲੇਖ ਨੇ ਤੜਕੇ ਜਾਗਣ ਦੇ ਗੁਣ ਈਸ਼ਵਰ ਦੀ ਸ਼ਕਤੀ ਸੌਮਯ ਵਸ਼ੀਕਰਨ ਇਹ ਸਾਰੇ ਠੀਕ ਹੈ ਜੀ ਪੰਜਾਬੀ ਪੰਜਾਬ ਪੰਜਾਬੀ ਹੈ ਤੇ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਜਿਹੜੇ ਵੀ ਅਨਸਰ ਕਰ ਰਹੇ ਨੇ ਉਪਰਕਤ ਸਾਰੇ ਵਿਦਿਆਰਤਨਾਕਰ ਦੇ ਵਿੱਚ ਸ਼ਾਮਿਲ ਨੇ ਇਸ ਤੋਂ ਲਾਬੋ ਸੱਤਿਆ ਦਾ ਹਾਲ ਪੰਜਾਬ ਵਿਦਿਆ ਤੇ ਬੋਲੀ ਦੀ ਸੁੰਦਰਤਾ ਇਹ ਵੀ ਇਸੇ ਦੇ ਹੀ ਵਿੱਚ ਸ਼ਾਮਿਲ ਨੇ ਵਿਦਿਆਰਤਨਾਕਰ ਦੇ ਵਿੱਚ ਨੋਟ ਕਰਨਾ ਇਹਨਾਂ ਨੂੰ ਵੀ ਵਿਦਿਆਰਤਨਾਕਰ ਦੇ ਨਿਬੰਧਾਂ ਦਾ ਮੀਰੀ ਗੁਣ ਕੀ ਹੈ ਹਰ ਨਿਬੰਧ ਦਾ ਆਰੰਭ ਮਿਸ਼ਰੇ ਦੇ ਨਾਲ ਹਰ ਨਿਬੰਧ ਦਾ ਆਰੰਭ ਮਕਤੇ ਦੇ ਨਾਲ ਹਰ ਨਿਬੰਧ ਦਾ ਆਰੰਭ ਮੰਗਲਾ ਚਰਨ ਨਾਲ ਹਰ ਨਿਬੰਧ ਦਾ ਆਰੰਭ ਦੋਹੇ ਦੇ ਨਾਲ ਮੀਰੀ ਗੁਣ ਚੂਜ਼ ਕਰੋ ਜੀ ਸਹੀ ਆਪਸ਼ਨ ਚੁਸ ਕਰੋ ਵਿਦਿਆਰਥੀ ਨਗਰ ਦੇ ਨਿਵੰਦਾ ਦਾ ਮੇਰੀ ਗੁਣ ਕੀ ਹੈ ਮਿਸ਼ਰੀ ਦੇ ਨਾਲ ਮਖਤੇ ਦੇ ਨਾਲ ਮੰਗਲਾਚਰਨ ਨਾਲ ਜਾਂ ਫਿਰ ਦੋਹੇ ਦੇ ਨਾਲ ਕਾਦੇ ਨਾਲ ਹੁੰਦਾ ਹੈ ਸ਼ੁਰੂ ਮਨਦੀਪ ਜੀ ਅਮਨ ਜੀ ਸਭ ਜੀ ਜੀ ਸੀ ਆਨਸਰ ਸ਼ਾਇਦ ਇਹ ਡੀ ਮੰਦੀਪ ਜੀ ਡੀ ਸੀ ਡੀ ਦੋਵੇਂ ਹੀ ਆਨਸਰ ਆ ਰਹੇ ਨੇ ਮੋਸਟਲੀ ਆਨਸਰ ਸੀ ਆ ਰਿਹਾ ਜੀ ਠੀਕ ਹੈ ਜੀ ਬਿਲਕੁਲ ਸੀ ਆਨਸਰ ਮੰਗਲਾਚਰਨ ਦੇ ਨਾਲ ਉੱਪਰ ਕੁਐਸਚਨ ਲੰਘ ਚੁੱਕਾ ਹੈ ਜੀ ਆਲਰੇਡੀ ਕਵੈਸਚਨ ਨੰਬਰ 19 ਦੇ ਬਲਵਦ ਜੀ 19 ਨੰਬਰ ਹੈ ਜੀ ਵਿਆਰੀ ਲਾਲ ਪੁਰੀ ਦੀ ਰਚਨਾ ਨਹੀਂ ਹੈ ਵਿਚਾਰ ਕੁੰਦਲੀ ਵਿਦਿਆਰਤਨਾਕਰ ਗਿਆਨ ਸੰਦੇਸ਼ ਅਨੇਕ ਦਰਸ਼ਨ கரੈਕਟ ਆਪਸ਼ਨ ਚੂਜ਼ ਕਰੋ ਜੀ ਅੰਤ ਦੋਹੇ ਨਾਲ ਠੀਕ ਹੈ ਜੀ ਵਿਰਿੰਦਰ ਜੀ ਵਿਆਰੀ ਲਾਲ ਪੁਰੀ ਦੀ ਰਚਨਾ ਨਹੀਂ ਹੈ ਵਿਚਾਰ ਕੁੰਦਲੀ ਵਿਦਿਆਰਤਨਾਕਰ ਗਿਆਨ ਸੰਦੇਸ਼ ਅਨੇਕ ਦਰਸ਼ਨ ਡੀ ਆਨਸਰ ਆ ਰਹਾ ਜੀ ਜੋਵੀ ਜੀ ਹਰਿੰਦਰ ਜੀ ਰਮਨ ਜੀ ਦਾ ਸੀ ਆ ਰਿਹਾ ਹਨ ਮਨਦੀਪ ਜੀ ਦਾ ਏ ਸੰਦਰਾ ਜੀ ਮਨਪ੍ਰੀਤ ਜੀ ਡੀ ਅਨਸਰ ਸ਼ਰਸ਼ਰ ਜੀ ਜੀ ਡੀ ਚੈਲੀ ਜੀ ਦਾ ਇਹ ਰਮਨ ਜੀ ਦੱਸ ਸੀ ਸੰਦਰਾ ਜੀ ਡੀ ਆਪਸ਼ਨ ਠੀਕ ਹੈ ਜੀ ਜਿਹੜੇ ਵੀ ਅਨਸਰ ਕਰ ਰਹੇ ਨੇ ਸੀ ਬਟ ਡੀ ਵਾਲੇ ਸਾਰੇ ਗਲਤ ਹੈ ਜੀ ਵਿਚਾਰ ਕੁੰਡਲੀ ਰਤਨਾ ਵਿਦਿਆਰਤਨਾ ਕਰਤੇ ਅਨੇਕ ਦਰਸ਼ਨ ਵਿਧਿਆਭਿਾਰੀ ਲਾਲ ਪੁਰੀ ਦੀਆਂ ਰਚਨਾਵਾਂ ਨੇ ਠੀਕ ਹੈ ਜੀ ਨੋਟ ਕਰਨਾ ਗਿਆਨ ਸੰਦੇਸ਼ ਜਿਹੜੀ ਰਚਨਾ ਹੈ ਇਹ ਵਿਹਾਰੀ ਲਾਲ ਪੁਰੀ ਦੀ ਨਹੀਂ ਹੈ ਜੀ ਕਵੈਸਚਨ ਨੰਬਰ 20 ਦੇ ਵੱਲ ਵਧਦੇ ਹਾਂ ਜੀ। ਕਵੈਸਚਨ ਨੰਬਰ 20 ਵਿਹਾਰੀ ਲਾਲ ਪੁਰੀ ਦਾ ਜੀਵਨੀ ਸੰਗ੍ਰਹਿ ਹੈ। ਪਿੰਗਲ ਮੰਜਰੀ ਚరిత్రਵਲੀ ਵਿਦ్యਰਤਨਾਕਰ ਅਤੇਕ ਦਰਸ਼ਨ ਇਹ ਕਿਸ ਦੀ ਹੈ ਜੀ ਇਹ ਕਿਸੇ ਦੀ ਵੀ ਨਹੀਂ ਹੈ ਜੀ ਜਸਟ ਮੈਂ ਹੀ ਐਡ ਕਰ ਦਿੱਤੀ ਸੀ। ਠੀਕ ਹੈ ਜੀ ਬਟ ਉਹਦੇ ਨਾਲ ਦੀ ਇੱਕ ਇਹਨਾਂ ਦੀ ਜ਼ਰੂਰ ਹੈ ਕੀ ਨਾ ਸੀਗਾ ਹਾਂ ਗਿਆਨ ਸੌਰੀ ਮੈਂ ਜੋ ਸਕਿਪ ਹੋ ਚੁੱਕਾ ਹੈ ਗਿਆਨ ਦੇ ਨਾਲ ਰਿਲੇਟਡ ਇਹ ਸੀ ਕੋਈ ਸ਼ੁਭਨਾਮ ਵਿਆਗ ਲਾਲ ਪੁਰੀ ਦੀ ਹੈ ਰਜਨਾ ਜੀਵਨ ਸੰਗ੍ਰਹਿ ਜੀਵਨੀ ਸੰਗ੍ਰਹਿ ਕਿਹੜਾ ਹੈ ਜੀ ਚੁਸ ਕਰੋ ਜੀ ਪਿੰਗਲ ਮੰਝਰੀ ਆਨਸਰ ਆ ਰਿਹਾ ਜੀ ਏ অপਸ਼ਨ ਹਰਿੰਦਰ ਜੀ ਗ੍ਰੇਸ ਕਿਦਾਂ ਬਣਦੀ ਜੀ ਦੇਖੋ ਜੀ ਉਹ ਤਾਂ ਮੈਂ ਵੈਸੇ ਹੀ ਐਡ ਕਰ ਦਿੱਤਾ ਹੈ ਕਿਸੇ ਦਾ ਵੀ ਨਹੀਂ ਬਸ ਉਹਦੇ ਚ ਇੰਨੇ ਹੀ ਪੁੱਛਿਆ ਨਾ ਕਿ ਕਿਹੜਾ ਨਹੀਂ ਹੈ ਇੰਗਲ ਮੰਦਰੀ ਦੇਖੋ ਜੀ ਜੀਵਨੀ ਸੰਗ੍ਰਹਿ ਚਰਿਤ੍ਰਾਵਲੀ ਜਿਦੇ ਵਿੱਚ ਨੌ ਪਾਰਤੀ ਇਸਤਰੀਆਂ ਦਾ ਚਰਿੱਤਰ ਦਾ ਵਰਣਨ ਹੈ ਜਿਹੜੀ ਕਿ ਜੀਵਨੀ ਹੈ ਸੋ ਇਸ ਲਈ ਆਨਸਰ 20 ਨੰਬਰ ਦੇ ਲਈ ਹੋਵੇਗਾ ਤੁਹਾਡਾ ਬੀ ਆਪਸ਼ਨ ਠੀਕ ਹੈ ਜੀ ਇਹ ਵੀ ਹੈ ਜੀ ਵਿਚਾਰ ਕਿਸੇ ਵਿਚਾਰ ਕੁੰਡਲੀ ਵੀ ਇਹਨਾਂ ਦੀ ਹੈ ਜੀ ਠੀਕ ਹੈ ਜੀ ਸੋ ਇੱਥੇ ਬੀ ਆਨਸਰ ਕਰੈਪ ਹੈ ਜੀ ਡਰਾਇਆ ਅਡਰਾਸ ਨਹੀਂ ਜੀ ਕਿਸੇ ਨੂੰ ਕੁਐਸਚਨ ਨੰਬਰ 21 ਦੇ ਬਲਵੱਦ ਦੇ ਜੀ 21 ਨੰਬਰ ਹੈ ਜੀ ਲੇਖਾਂ ਦੇ ਦ੍ਰਿਸ਼ਟੀ ਤੋਂ ਸਭ ਤੋਂ ਮਹੱਤਵਪੂਰਨ ਪੁਸਤਕ ਕਿਹੜੀ ਹੈ ਜੀ ਪਿੰਗਲ ਮੰਜਰੀ ਚਰਿਤ੍ਰਾਂ ਵਾਲੀ ਵਿਦਿਆਰਥਨਾਕਰ ਅਤੇ ਇੱਕ ਦਰਸ਼ਨ ਚੂਜ਼ ਕਰੋ ਜੀ ਸਹੀ ਆਪਸ਼ਨ ਲੇਖ ਕਿਸ ਪੁਸਤਕ ਦੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਨੇ ਸੀ ਅਨਸਰ ਦੀਪ ਜੀ ਸ਼ੂ ਜੀ ਅਨੁਰਾਦਾ ਜੀ ਬੀ ਗੁਰਪ੍ਰੀਤ ਜੀ ਸੀ ਦੀਪ ਜੀ ਸੀ ਰਮਨ ਜੀ ਸੀ ਰਣਵੀਰ ਜੀ ਮਨਦੀਪ ਜੀ ਸੀ ਆਪਸ਼ਨ ਸ਼ੈਲੀ ਜੀ ਦਾ ਡੀ ਆ ਰਿਹਾ ਹਰਿੰਦਰ ਜੀ ਬੀ ਆਪਸ਼ਨ ਵਿਦਿਆਰਤਨਾਕਰ ਸਭ ਤੋਂ ਮਹੱਤਵਪੂਰਨ ਹੈ ਲੇਖਾ ਦੇ ਮਾਮਲੇ ਦੇ ਵਿੱਚ ਬਿਲਕੁਲ கரெਕਟ ਹੈ ਜੀ ਇਸ ਦੇ ਰਿਲੇਟਡ ਹੀ ਕੁਐਸਚਨ ਉੱਪਰ ਵੀ ਕਾਫੀ ਲੰਘ ਚੁੱਕੇ ਨੇ ਕੁਐਸਚਨ ਨੰਬਰ 22 ਚਿੱਤਰਾਂ ਵਾਲੀ ਤੇ ਵਿਦਿਅਰਥਨਾਕਰ ਦੋਵੇਂ ਹੀ ਬਹੁਤ ਮਹੱਤਵਪੂਰਨ ਹੈ। ਕੁਐਸਚਨ ਨੰਬਰ 22 ਕਿਸ ਦੇ ਕਿਸ ਨੇ ਸਦਾਚਾਰਕ ਸਿੱਖਿਆਦਾਇਕ ਨਿਬੰਧ ਲਿਖਣ ਦੀ ਪ੍ਰੇਰਤ ਪਾਈ? ਸੰਤ ਸਿੰਘ ਸੇਖੋਂ, ਬਿਹਾਰੀ لال ਪੁਰੀ, ਕੁਲਵੰਤ ਸਿੰਘ ਵਿਰਕ, ਸੂਬਾ ਸਿੰਘ। ਕਰੈਕਟ ਆਪਸ਼ਨ ਚੂਜ਼ ਕਰੋ ਜੀ। 22 ਨੰਬਰ ਦੇ ਲਈ। ਕਿਸ ਨੇ ਸਦਾਚਾਰਕ ਤੇ ਸਿੱਖਿਆਦਾਇਕ ਨਿਬੰਧ ਲਿਖਣ ਦੀ ਪ੍ਰੇਰਤ ਪਾਈ? 22 ਦੇ ਲਈ B ਆਪਸ਼ਨ ਆ ਰਿਹਾ A to Z ਬਿਹਾਰੀ لال ਪੁਰੀ ਕਵੈਸਚਨ 'ਚ ਕੁਝ ਹੈ ਵੀ ਨਹੀਂ ਜਿਆਦਾ ਸੋਚਣ ਵਾਲਾ ਬਿਲਕੁਲ ਸਿੱਧਾ ਆਨਸਰ ਹੈ ਸਿੰਪਲ ਜਿਹਾ ਕਿਉਂਕਿ ਕੋਈ ਇੱਕ ਟਾਪਿਕ ਚੱਲ ਰਿਹਾ ਹੈ ਠੀਕ ਹੈ ਇਸ ਕਰਕੇ ਬਾਕੀ ਕਈ ਵਾਰੀ ਮੈਂ ਕਵੈਸਚਨ ਇਦਾਂ ਦੇ ਐਡ ਕਰ ਲੈਂਦਾ ਜਿਹੜਾ ਕਿ ਰਾਈਟਰ ਦੇ ਨਾਲ ਰਿਲੇਟਡ ਨਾ ਹੋ ਕੇ ਕਿਸੇ ਹੋਰ ਰਾਈਟਰ ਨਾਲ ਹੁੰਦੇ ਨੇ ਕਵੈਸਚਨ 23 ਵਿਚਾਰਕੁੰਡਲੀ ਦੀ ਵਿਧਾ ਕਿਹੜੀ ਹੈ ਕਾਵ ਰੂਪ ਕਹਾਣੀ ਸੰਗ੍ਰਹਿ ਨਾਟਕ ਸੰਗ੍ਰਹਿ ਜਾਂ ਨਾਵਲ ਵਿਚਾਰਕੁੰਡਲੀ ਕਰੋ ਜੀ ਸਹੀ ਆਪਸ਼ਨ ਚੂਜ਼ 23 ਨੰਬਰ ਦੇ ਹਾਂਜੀ ਵਿਚਾਰਕੁੰਡਲੀ ਦੀ ਵਿਧਾ ਬੀ ਆਪਸ਼ਨ ਆ ਰਹੀ ਜੀ ਅਨਸਰ ਸੰਤਰਾ ਜੀ ਗਰਪ੍ਰੀਤ ਜੀ ਸ਼ੈਲੀ ਜੀ ਦਾ ਏ ਆ ਰਿਹਾ ਬਾਕੀ ਸਭ ਦਾ ਵੀ ਸਰਜੀਤ ਜੀ ਬੀ ਆਪਸ਼ਨ ਬੀ ਆਪਸ਼ਨ ਮੋਸਟਲੀ ਆ ਰਿਹਾ ਵਿੱਕੀ ਜੀ ਦਾ ਇਹ ਅਨਸਰ ਆ ਰਿਹਾ ਰਵੀਨਾ ਜੀ ਸविता ਜੀ ਏ ਆਪਸ਼ਨ ਏ ਆਪਸ਼ਨ ਹੀ ਕਰੈਕਟ ਹੈ ਜੀ ਕਾਵਿ ਰੂਪ ਹੈ ਜੀ ਵਿਚਾਰਕੁੰਡਲੀ ਕਵਿਤਾ ਰੂਪ ਹੈ ਕੁਐਸਚਨ ਨੰਬਰ 24 24 ਨੰਬਰ ਹੈ ਜੀ ਚਰিত্রਾਂ ਵਾਲੀ ਦੇ ਅੰਤ ਵਿੱਚ ਕਿੰਨੀਆਂ ਗੁਜ਼ਾਰਤਾਂ ਉਤਰਾਂ ਸਹਿਤ ਸ਼ਾਮਿਲ ਕੀਤੀਆਂ ਗਈਆਂ ਹਨ ਚਰিত্রਾਂ ਵਾਲੀ ਦੇ ਵਿੱਚ ਗੁਜ਼ਾਰਤਾਂ ਵੀ ਸ਼ਾਮਿਲ ਨੇ ਕਿੰਨੀਆਂ ਨੇ ਗਿਮਤੀ ਦੇ ਵਿੱਚ ਦੱਸੋ ਜੀ 21 25 29 31 ਜਿੰਨੀਆਂ ਵੀ ਨੇ ਉਹਨੇ ਹੀ ਅੱਜ ਦੀ ਕਲਾਸ ਦੇ ਵਿੱਚ ਕੁਐਸਚਨ ਨੇ ਜਿੰਨੀਆਂ ਵੀ ਨੇ ਉਹਨੀਆਂ ਉਹ ਨਹੀਂ ਆਈ ਦੀ ਕਲਾਸ ਦੇ ਵਿੱਚ ਕੁਐਸਚਨ ਆ। ਆਨਸਰ ਨਨਤੀ ਰਮਨ ਜੀ, ਸੰਦੀਪ ਜੀ, ਸ਼ੈਲੀ ਜੀ, ਨੀਲੂ ਜੀ, ਕਰਨਵੀਰ ਜੀ, ਵਿੱਕੀ ਜੀ ਸਭ ਦਾ ਸੀ ਆਪਸ਼ਨ। ਸੁੰਦਰ ਸਿੰਘ ਜੀ ਦਾ ਡੀ ਆ ਰਿਹਾ, ਹਰਿੰਦਰਜੀਤ ਕਾ ਸੀ ਲਗਾ ਰਹੇ ਨੇ, ਸविता ਜੀ, ਅਨਰਾਦਾ ਜੀ, ਸ਼ੈਲੀ ਜੀ, ਸਰਜੀਤ ਜੀ, ਠੀਕ ਹੈ ਜੀ 29। 29 ਵਾਲੇ ਸਾਰੇ ਠੀਕ ਹੈ ਜੀ। ਕੁਐਸਚਨ ਨੰਬਰ 25 ਦੇ ਬਲਵੱਧ ਜੀ। ਕਵੈਸਚਨ ਨੰਬਰ 25 ਪੰਜਾਬੀ ਦਾ ਪਹਿਲਾ ਗੁਰਮੁਖੀ ਅੱਖਰਾਂ ਵਿੱਚ ਲਿਖਣ ਪਹਿਲਾ ਵਿਆਕਰਨ ਗੁਰਮੁਖੀ ਅੱਖਰਾਂ ਦੇ ਵਿੱਚ ਲਿਖਣ ਦਾ ਸੇਰਾ ਕਿਸ ਦੇ ਸਿਰ ਜਾਂਦਾ ਹੈ ਆਲਰੇਡੀ ਆਨਸਰ ਆ ਚੁੱਕਾ ਹੈ ਇਸ ਕਵੈਸਚਨ ਦਾ ਔਰਿੰਦਰ ਜੀ ਵੱਲੋਂ ਬਟ ਦੇਖਦੇ ਹਾਂ ਕਿਸ ਦਾ ਗਲਤ ਜਾਂਦਾ ਹੈ ਵਿਲੀਅਮ ਕੈਰੀ ਵਿਹਰੀ لال ਪੁਰੀ ਮਨੋਰਦਾਸ ਮੋਣ ਗੁਰੂ ਅੰਗਦ ਦੇਵ ਜੀ 25 ਦਾ b ਅਨਸਰ ਆ ਰਿਹਾ ਜੀ ਪੰਜਾਬੀ ਜੀ ਹਰਿੰਦਰ ਜੀ ਸੁਮਨ ਜੀ ਲਖਵਿੰਦਰ ਜੀ ਪੁਸ਼ਪਾ ਜੀ ਸਰਬਜੀਤ ਜੀ ਕਮਲਜੀ ਚਰਨ ਜੀ ਮਨਦੀਪ ਜੀ ਠੀਕ ਹੈ ਜੀ ਸਭ ਦਾ a to z ਸਭ ਦਾ ਹੀ ਅਨਸਰ ਆਇਆ ਜੀ ਬਿਹਾਰੀ لال ਪੁਰੀ 1867 ਅਨਸਰ ਆਇਆ ਸੀ ਕਿਸੇ ਦਾ ਠੀਕ ਹੈ ਜੀ ਬਿਲਕੁਲ ਕੁਐਸਚਨ ਨੰਬਰ 26 بهਰੀ لال پوری ਦੁਆਰਾ ਲਿਖਿਆ ਗਿਆ ਗੁਰਮੁਖੀ ਵਿੱਚ ਵਿਆਕਰਨ ਕਿਸ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਸੀ ਹਿੰਦੀ ਵਿਆਕਰਨ ਨੂੰ ਉਰਦੂ ਵਿਆਕਰਨ ਨੂੰ ਫਾਰਸੀ ਵਿਆਕਰਨ ਨੂੰ ਸੰਸਕ੍ਰਿਤ ਵਿਆਕਰਨ ਨੂੰ 26 ਦਾ ਆਨਸਰ ਚੂਜ਼ ਕਰੋ ਜੀ 26 ਦਾ ਢੀਰਮਨ ਜੀ ਦਾ ਆਨਸਰ ਆ ਰਿਹਾ ਸੰਦਰਨ ਜੀ ਦਾ ਢੀ ਹਰਿੰਦਰ ਜੀ ਮਨਦੀਪ ਜੀ ਮਨਪ੍ਰੀਤ ਜੀ ਉਪਿੰਦਰ ਜੀ ਸੰਸਕ੍ਰਿਤ ਵਿਆਕਰਨ ਅਨੁਰਾਦਾ ਜੀ ਮਨੀਸ਼ਾ ਜੀ ਹਰਿੰਦਰ ਜੀ ਪੰਜਾਬੀ ਪੰਜਾਬ ਪੰਜਾਬੀ ਸਬਦਾ ਡੀ ਅਨਸਰ ਸੰਧਰਾ ਜੀ ਰਣਵੀਰ ਜੀ ਠੀਕ ਰਣਵੀਰ ਜੀ ਦਾ ਬੀ ਆ ਰਿਹਾ ਬਾਕੀ ਸਭ ਦਾ ਬੀ ਆਪਸ਼ਨ ਬੀ ਆਪਸ਼ਨ ਬਿਲਕੁਲ கரੈਕਟ ਹੈ ਜੀ ਸੰਸਕ੍ਰਿਤ ਵਿਆਕਰਨ ਨੂੰ ਕੁਐਸਚਨ ਨੰਬਰ 27 ਦੇ ਬਲਵੱਦਿਆਂ ਜੀ 27 ਨੰਬਰ ਹੈ ਜੀ ਆਪਣੇ ਕੋਲ ਵਿਹਾਰੀ ਲਾਲ ਪੂਰੀ ਦੁਆਰਾ ਲਿਖੇ ਗਏ ਪਹਿਲੇ ਵਿਆਕਰਨ ਦੇ ਕਿੰਨੇ ਭਾਗ ਹਨ 1 2 5 7 ਹਾਂਜੀ ਚੁਸ ਕਰੋ ਕਿੰਨੇ ਭਾਗ ਹਨ ਪਹਿਲੀ ਵਿਆਕਰਨ ਦੇ 1888 ਚ ਵਿਆਕਰਨ ਸਿਧਾਰ ਪਰਕਾਸ਼ਿਤ ਕੀਤਾ ਜੀ ਰਵਿੰਨਾ ਜੀ ਕਹਿ ਰਹੇ ਨੇ ਮੇਰੇ ਕੋਲ ਅੰਗਰੇਜ਼ੀ ਚਾਹੀਦੀ ਅੰਗਰੇਜ਼ੀ ਨੂੰ ਆਧਾਰ ਬਣਾ ਕੇ ਮਤਲਬ ਕਿ ਵਿਲੀਅਮ ਕੈਰੀ ਦੀ ਵਿਆਕਰਨ ਨੂੰ ਆਧਾਰ ਬਣਾ ਕੇ ਸੀ ਆਨਸਰ ਆ ਰਹੇ ਦੀਪ ਜੀ 이슈 ਜੀ ਮਨ ਮਨਜੀਤ ਜੀ ਪੁਸ਼ਪਾ ਜੀ ਚਰਨ ਜੀ ਸ਼ੈਲੀ ਜੀ ਸਭ ਦਾ ਰਵਿਨਾ ਜੀ ਇੱਕ ਮਿੰਟ ਜੀ ਕਰ ਲੈਨੇ ਉਹ ਵੀ ਕਲੀਅਰ ਇੰਗਲਿਸ਼ ਹੈ ਇਹ ਦੇ ਚਾ ਇੰਗਲਿਸ਼ ਮੈਂ ਕਰਨ ਹੀ ਨਹੀਂ ਕਰਿਆ ਜੀ ਚਲੋ ਜੀ ਜੇਕਰ ਇੰਗਲਿਸ਼ ਹੈ ਤੁਹਾਡਾ ਆਨਸਰ ਤਾਂ ਇਸ ਕੁਐਸਚਨ ਨੂੰ ਮੈਂ ਪਿੰਨ ਕਰਾਂਗਾ ਕੱਲ ਵਾਲਾ ਕੁਐਸਚਨ ਵੀ ਮੈਂ ਪਿੰਨ ਨਹੀਂ ਕਰਿਆ ਜੀ ਅਜੇ ਮੈਨੂੰ ਟਾਈਮ ਨਹੀਂ ਲੱਗਾ ਜੀ ਇਸ ਕਰਕੇ ਠੀਕ ਹੈ ਜੀ ਕੱਲ ਫਿਰਦੇ ਆ ਕੱਲ ਨੂੰ ਦੋਵੇਂ ਪਿੰਨ ਕਰ ਦਾਂਗਾ ਇਹ ਵੀ ਤੇ ਉਹ ਵੀ ਠੀਕ ਹੈ ਜੀ ਜੇ ਵੀ ਕੁਝ ਗੜਬੜ ਹੋਇਆ ਤਾਂ ਹਾਂਜੀ ਕੱਲ ਵਾਲਾ ਤਾਂ ਇੱਕ ਕਰਨਾ ਹੀ ਹੈ ਪਿੰਨ ਅੱਜ ਵਾਲੇ ਦੀ ਗੱਲ ਕਰ ਰਿਹਾ ਠੀਕ ਹੈ ਜੀ ਓਕੇ ਜੀ 27 ਦੇ ਲਈ ਜਿਹੜੇ ਪੰਜ ਅਨਸਰ ਕਰ ਰਹੇ ਨੇ ਠੀਕ ਹੈ ਜੀ ਪੰਜ ਜਿਨ੍ਹਾਂ ਨੇ ਵੀ ਚੋਸ ਕੀਤਾ ਕੁਐਸਚਨ ਨੰਬਰ 28 ਪੰਜਾਬ ਬਿਹਾਰੀ ਲਾਣਪੁਰੀ ਪੰਜਾਬੀ ਦਾ ਦੂਜਾ ਵਿਆਕਰਨ ਵਿਆਕਰਨ ਸਾਰ ਕਦੋਂ ਪ੍ਰਕਾਸ਼ਿਤ ਹੋਇਆ ਪਿਆਰੀ ਲਾਲਪੁਰੀ ਜੀ ਦਾ ਦੂਜਾ ਵਿਆਕਰਨ ਸਾਰ ਕਦੋਂ ਪ੍ਰਕਾਸ਼ਿਤ ਹੋਇਆ 1867 1868 1869 1870 ਆਲਰੇਡੀ ਅਨਸਰ ਆ ਚੁੱਕਾ ਹੈ ਜੀ ਇਹ ਦਾ ਵੀ ਗੁਰਿੰਦਰ ਜੀ ਕਰ ਚੁੱਕੇ ਨੇ ਅਨਸਰ ਗੁਰਪ੍ਰੀਤ ਜੀ ਬੀ ਆਪਸ਼ਨ ਗਗਨ ਜੀ ਰਵਿੰਦਾ ਜੀ ਕਮਲ ਜੀ ਸ਼ੈਲੀ ਜੀ ਮੰਜੀ ਜੀ ਜਿੰਦਰਾ ਇਹ ਸਵਾਲ ਦਾ ਆਨਸਰ ਵੀ 1868 ਬਿਲਕੁਲ ਠੀਕ ਹੈ ਜੀ 1868 ਹੁਣ 23 ਨੰਬਰ ਕੁਐਸਚਨ ਜੀ ਅੱਜ ਦਾ ਆਖਰੀ ਕੁਐਸਚਨ ਦਿਹਾਰੀ لال ਪੁਰੀ ਦੀ ਮੌਤ ਕਦੋਂ ਹੋਈ 1881 18700 1885 1887 ਪੁਸ਼ਪਾ ਜੀ 1800 ਸਟਾਟ ਨਹੀਂ ਜੀ 1868 ਹੀ ਆਵੇਗਾ ਆਨਸਰ ਦੂਜੀ ਦਾ ਪਹਿਲੇ ਦਾ 67 ਹੈ ਜੀ ਏ অপਸ਼ਨ ਕੈਸੀ ਕੈਸੀ ਆਂਸਰ ਕਾਫੀ ਆ ਰਿਹਾ ਸੀ অপਸ਼ਨ ਚੱਲੀ ਜੀ ਦਾ ਗਰਨੌਰ ਜੀ ਦਾ ਸੀ ਸੁੰਦਰਾਂ ਜੀ ਓਕੇ ਜੀ 1885 ਬਿਲਕੁਲ ਠੀਕ ਹੈ ਜੀ ਮਨੀਸ਼ਾ ਜੀ ਤੁਸੀਂ ਡੀ ਕਹਿ ਰਹੇ ਹੋ ਨੀ ਡੀ ਪੱਕਾ 1885 ਹੀ ਪੜਿਆ ਜੀ ਇਹ ਸੀ ਤੁਸੀਂ 87 ਜੇਕਰ ਪੜਿਆ ਤਾਂ ਕਿਹੜੀ ਬੁੱਕ ਦੇ ਵਿੱਚੋਂ ਥੋੜਾ ਜਿਹਾ ਕਨਫਰਮੇਸ਼ਨ ਜ਼ਰੂਰ ਦੇ ਦੇਣਾ 86 ਵੀ ਅੰਤਰ ਆ ਰਿਹਾ ਜੀ ਰਮਣ ਜੀ ਪੰਜਾਬੀ ਦਾ ਕਿਹੜਾ ਸੀ ਜੀ ਕਿਹੜੇ ਦੀ ਗੱਲ ਕਰ ਰਹੇ ਹੋ ਜੀ ਤਾਰਸ 86 ਜੀ ਕਿਤੇ ਕਿਤੇ ਹਾਂਜੀ 85 ਠੀਕ ਹੈ ਜੀ। ਰਮਨ ਜੀ ਪੰਜਾਬੀ ਦਾ ਕਿਹੜਾ ਕਹਿ ਰਹੇ ਹੋ? ਸਮਝ ਨਹੀਂ ਆਇਆ ਤੁਹਾਡਾ ਜਿਹੜੀ ਵੀ ਗੱਲ ਤੁਸੀਂ ਕਹਿ ਰਹੇ ਸੀ। ਮਤਲਬ ਪੰਜਾਬੀ ਦਾ ਸੀ ਉਹ ਵੀ ਅਕਰਨ ਇਦਾਂ ਕੁਝ ਲਿਖਿਆ ਸੀ ਤੁਸੀਂ। ਹਾਂਜੀ ਰਵੀਨਾ ਜੀ ਕਿਹੜਾ ਪੰਜਾਬੀ ਦਾ ਜੀ? ਜਿਹੜਾ ਇੰਗਲਿਸ਼ ਨੂੰ ਆਧਾਰ ਬਣਾ ਕੇ ਲਿਖਿਆ ਗਿਆ। ਓਕੇ ਜੀ ਓਕੇ 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 ਠੀਕ ਹੈ ਜੀ ਇਟ ਮੀਨਸ ਕਿ ਕਨਫਿਊਜ਼ਨ ਹੋ ਗਈ ਉੱਥੇ ਕੁਐਸਚਨ ਠੀਕ ਹੈ ਜੀ ਹਾਂਜੀ ਹਾਂਜੀ ਕਮਲ ਜੀ ਕੱਲ ਕਲਾਸ ਲੱਗੇਗੀ ਦੇਖੋ ਜੀ ਇਹ ਕੋਸ਼ਿਸ਼ ਹੀ ਹੁੰਦੀ ਹੈ ਡੇਲੀ ਲੱਗੇ ਬਟ ਕਈ ਵਾਰੀ ਪ੍ਰੋਬਲਮਸ ਹੋ ਜਾਂਦੀਆਂ ਨਹੀਂ ਲੱਗ ਪਾਉਂਦੀ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਓਕੇ ਜੀ ਠੀਕ ਹੈ ਜੀ ਇਟ ਮੀਨਸ ਕਿ ਓਕੇ ਹੈ ਕੁਐਸਚਨ <laughs> वापिस ना करो जी नव मिल जूगा टेंशन ना लो वापिस लैके उन्होंने की करना है बहुत बहुत धन्यवाद जी सबा कल का अपना टॉपिक दस दी थानू माड़ा नेगा कर लेना ज्ञानी हो गया जी सूबा सिंह कर दिया जी ठीक है? तो है जी सारे नोट कर लेना जी विियम कैरीवाल अठार सौ बयासी मिशन प्रेस तो मीजियापुर ठीक है जी मनीषा जी पिछले का डी आंसर तीन कह रहे हो जी पिछले दा तुसी दी आंसर डी कह रहे हो मनीषा जी सत्तर ਮਨੀਸ਼ ਜੀ ਕਿਹੜੇ ਕੁਐਸਚਨ ਦਾ ਦੀ ਕਹਿ ਰਹੇ ਹੋ ਇਸ ਦਾ 28 ਦਾ 28 ਦਾ ਤਾਂ ਸਹੀ ਜੀ 68 ਹਾਂਜੀ ਤੁਹਾਡੇ ਮੈਸੇਜ ਲੇਟ ਸ਼ੋ ਹੋ ਰਹੇ ਇਸ ਕਰਕੇ ਵੀ ਥੋੜੀ ਕਨਫਿਊਜ਼ਨ ਹੋਉਦੀ ਮੈਨੂੰ ਲੱਗਦਾ ਚਲੋ ਜੀ ਕੋਈ ਗੱਲ ਨਹੀਂ ਪਿੰਨ ਸੌਰੀ ਪਿੰਗੀ ਮੈਸੇਜ ਕਰ ਦੇਣਾ ਜੇਕਰ ਕੋਈ ਕਨਫਿਊਜ਼ਨ ਲੱਗੇ ਕਿਸੇ ਵੀ ਹਾਂਜੀ ਕੱਲ ਦਾ ਮਜਮੂਨ ਸੂਬਾ ਸਿੰਘ ਜੀ ਠੀਕ ਹੈ ਜੀ ਬਾਏ ਬਾਏ ਐਂਡ ਟੇਕ ਕੇਅਰ ਜੀ ਮਿਲਦੇ ਹਾਂ ਕੱਲ ਨੂੰ ਤਦ ਤੱਕ ਲਈ Bye bye and take care.